है। आज जो दर्दनाक ਘਟਨਾ ਦਰਬਾਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੋਈ ਹੈ ਉਹਦੇ 'ਤੇ ਜਿੰਨਾ ਵੀ ਦੁੱਖ ਪ੍ਰਗਟ ਕਰੋ ਥੋੜ੍ਹਾ ਇਹ ਅਨਬੇਰੇਬਲ ਹੈ। ਇਹ ਹੁਣ ਕੌਮ ਸਹਾਰ ਨਹੀਂ ਸਕਦੀ ਏਡੀ ਵੱਡੀ ਬੇਇੱਜ਼ਤੀ ਏਡੀ ਬੇਅਦਬੀ, ਔਰ ਇਹਦੇ 'ਚ ਇਹਦੀ ਬੜੀ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ ਅਤੇ ਇਹ ਸਾਜ਼ਿਸ਼ ਨੂੰ ਬੇਨਕਾਬ ਕਰਨਾ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਸੈਂਟਰਲ ਗੌਰਮੈਂਟ ਜਾਂ ਕੋਈ ਜੁਡੀਸ਼ਲ ਏਜੰਸੀ ਇਹਦੀ ਵੱਡੀ ਇਨਕੁਆਇਰੀ ਕਰੇ ਤਾਂ ਕਿ ਜਿਹੜਾ ਲੋਕਾਂ ਦੇ ਹਿਰਦੇ ਅੱਜ ਇੰਨੇ ਉਹਨਾਂ ਦੇ ਸੱਟ ਵੱਜੀ ਹੈ ਉਹਨਾਂ ਨੂੰ ਇਸ ਚੀਜ਼ ਦੀ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਇੱਕ ਨਾਮ ਨੂੰ ਵਿਅਕਤੀ ਵੱਲੋਂ ਸੋਦਰ ਦਾ ਪਾਠ ਗ੍ਰੰਥੀ ਸਿੰਘ ਜ਼ਿਲ੍ਹੇ ਕਰ ਰਹੇ ਸੀਗੇ ਅਤੇ ਉਸ ਵੇਲੇ ਸੰਗਤ ਦੇ ਨਾਲ ਅੰਦਰ ਐਂਟਰ ਹੋਇਆ ਔਰ ਉਹਨੇ ਇਮੀਜੀਏਟ ਜੰਗਲਾ ਟੱਪ ਕੇ ਗੁਰੂ ਪਾਤਸ਼ਾਹ ਜੀ ਦੇ ਸਨਮੁਖ ਸ੍ਰੀ ਸਾਹਿਬ ਨੂੰ ਜਾ ਕੇ ਹੱਥ ਪਾਇਆ, ਉੱਥੋਂ ਸ੍ਰੀ ਸਾਹਿਬ ਚੱਕ ਲਈ। ਸੇਵਾਦਾਰ ਸਾਡੇ ਜਿਹੜੇ ਸੀਗੇ ਉਹ, ਕਿਉਂਕਿ ਸੋਦਰ ਦਾ ਪਾਠ ਹੁੰਦਾ ਅਤੇ ਅੰਦਰ ਹੁੰਦੇ ਕੈ ਆਪਣੇ ਜੰਗਲੇ ਦੇ, ਉਹ ਸਾਰੇ ਬੈਠੇ ਸੀ ਅਤੇ ਉਹਨਾਂ ਨੇ ਫਿਰ ਤੁਰੰਤ ਇਹਨੂੰ ਜਿਹੜਾ ਆ ਬੰਦੇ ਨੂੰ ਕਾਬੂ ਕੀਤਾ, ਕਾਬੂ ਕਰਕੇ ਜੰਗਲੇ ਤੋਂ ਬਾਹਰ ਸਿੱਟਿਆ। ਪਰ ਮੈਂ ਸ਼ੁਕਰ ਗੁਜ਼ਾਰ ਹਾਂ ਉਹਨਾਂ ਸੇਵਾਦਾਰਾਂ ਦਾ ਵੀ, ਅਰਦਾਸੀਆਂ ਸਿੰਘਾਂ ਦਾ ਵੀ ਅਤੇ ਚੌੜ ਬਰਦਾਰ ਦਾ ਵੀ ਜਿਹਨੇ ਉਹਨੂੰ ਕਾਬੂ ਕੀਤਾ। ਅਤੇ ਦੂਸਰੇ ਤੌਰ 'ਤੇ ਇੱਕ ਮਰਿਆਦਾ ਦਾ ਉਲੰਘਣ ਹੋ ਜਾਣਾ ਸੀ। ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਹੁਣੀ ਇਸ਼ਾਰਾ ਤਾਂ ਕੀਤਾ ਵੀ ਜਿੱਦਾਂ ਆਪਾਂ ਕਹੀਦਾ ਵੀ ਫੜ ਲਓ, ਪਰ ਉਹਨੇ ਸੋਦਰ ਦੇ ਪਾਠ ਦੇ ਵਿੱਚ ਖੰਡਿਤ ਨਹੀਂ ਹੋਣ ਦਿੱਤਾ। ਸੋ ਉਹ ਅੰਦਰਲਾ ਪ੍ਰਬੰਧ ਜਿਹੜਾ ਸੀਗਾ ਉਹ ਸਾਰੇ ਪ੍ਰਬੰਧ ਨੇ ਵੱਡੀ ਜਿਹੜੀ ਅੱਜ ਬੇਅਦਬੀ ਕਰਨ ਦੀ ਨੀਤ ਨਾਲ ਇਹ ਮੁੰਡਾ ਮੰਦਰ ਪੜਿਆ, ਉਹ ਮੌਕੇ ਦੇ ਉੱਤੇ ਆਪਣਾ ਗੁਰੂ ਪ੍ਰਤੀ ਵਫਾਦਾਰੀ ਉਹਦਾ ਪ੍ਰਗਟਾਵਾ ਨਿਭਾਈ ਵੀ ਆ ਅਤੇ ਫਿਰ ਉਹ ਤੋਂ ਬਾਅਦ ਇਹ ਚੱਕ ਕੇ ਇਹਨੂੰ ਜੰਗਲੇ ਤੋਂ ਬਾਹਰ ਸਿੱਟਿਆ। ਅਤੇ ਮੈਂ ਸਮਝਦਾ ਸੰਗਤ ਵੀ ਜਿਹੜੀ ਉਹਨੂੰ ਮੈਂ ਅਪੀਲ ਕਰਦਾ ਕਿ ਅੱਜ ਇਹ ਬੜੀ ਵੱਡੀ ਸੋਚੀ ਸਮਝੀ ਸਾਜ਼ਿਸ਼ ਤਹਿਤ ਆਇਆ, ਅਸੀਂ ਇਹਦੀ ਡੰਗਾਈ ਦੇ ਨਾਲ CCTV ਫੁਟਿੰਗ ਤੋਂ ਮੁੰਡੇ ਲਾਏ ਆ ਸਾਰੇ, ਵੀ ਤੁਸੀਂ ਜਾ ਕੇ ਇਹਦੀ ਸਵੇਰ ਤੋਂ ਦੇਖੋ ਕਦੋਂ ਦਾ ਇਹ ਬੜਿਆ, ਕਿੰਨੇ ਵਜੇ ਐਂਟਰ ਹੋਇਆ, ਕਿੰਨੇ ਵਜੇ ਇਹਦੇ ਨਾਲ ਕੋਈ ਹੋਰ ਬੰਦਾ ਆਇਆ, ਉਹ ਸਾਰੀ ਤਹਿਕੀਕਾਤ ਕਰਾਂਗੇ। ਅਤੇ ਪੁਲਿਸ ਨੂੰ ਵੀ ਬੇਨਤੀ ਕਰਦੇ ਹਾਂ ਵੀ ਇਹ ਪਤਾ ਕਰੋ ਇਹਦਾ ਅੱਗਾ ਪਿੱਛਾ ਕਿੱਥੋਂ ਆ, ਤਾਂ ਕਿ ਸੱਚ ਲੋਕਾਂ ਦੇ ਸਾਹਮਣੇ ਆਵੇ। ਅਤੇ ਮੈਂ ਇਹ ਚੰਗਾ ਜਿਹੜਾ ਅੱਜ ਪ੍ਰਬੰਧ ਸਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹ ਪ੍ਰਬੰਧ ਦੇ ਵਿੱਚ ਜੇ ਢਲਿਆਈ ਹੁੰਦੀ ਤਾਂ ਸ਼ਾਇਦ ਇਹ ਬੰਦਾ ਅੱਜ ਮੇਰਾ ਖਿਆਲ ਕੋਈ ਹੋਰ ਘਟਨਾ ਨੂੰ ਇਲਜ਼ਾਮ ਦੇ ਦਿੰਦਾ। ਪਰ ਗੁਰੂ ਸਾਹਿਬ ਦੇ ਸ਼ੁਕਰ ਗੁਜ਼ਾਰ ਹਾਂ, ਸਤਿਗੁਰ ਜੀ ਨੇ ਬੇਅਦਬੀ ਹੋਣੋਂ ਬਚਾ ਲਈ, ਇਹਨੇ ਕੋਈ ਕਸਰ ਨਹੀਂ ਛੱਡੀ। ਸਿੰਘ ਸਾਹਿਬਾਂ ਨੇ ਰਹਿ ਰਸੋ ਦਾ ਰਹਿ ਰਾਹ ਦਾ ਪਾਠ ਨਹੀਂ ਖੰਡਿਤ ਹੋਣ ਦਿੱਤਾ। ਅਤੇ ਸਰਕਾਰ ਤੋਂ ਮੈਂ ਮੰਗ ਕਰਦਾ, ਪਹਿਲਾਂ ਵੀ ਇੱਕ ਦਿਨ ਦੋ ਦਿਨ ਪਹਿਲਾਂ ਘਟਨਾ ਹੋਈ, ਉਦਣ ਵੀ ਉਹ ਸਾਡੇ ਟਾਸਕ ਫੋਰਸ ਨੇ ਇਮੀਜੀਏਟ ਉਹ ਜਿਹੜਾ ਮੁਲਜ਼ਮ ਸੀਗਾ ਕਾਬੂ ਕੀਤਾ। ਅਤੇ ਮੈਂ ਆਪ ਵੀ ਉਸ ਵੇਲੇ ਮੌਕੇ 'ਤੇ ਪਹੁੰਚਾਂ ਅਤੇ ਅਸੀਂ ਉਹਨੂੰ ਪੁੱਛ ਪੜਤੀੜ ਕਰਦੇ ਰਹੇ, ਸਾਡੇ ਅਧਿਕਾਰੀ ਸਾਰੇ ਉਸੇ ਮੌਕੇ 'ਤੇ ਆ ਗਏ ਅਤੇ ਉਹਨੇ ਕੋਈ ਗੱਲ ਨਹੀਂ ਕੀਤੀ, ਇੱਕੋ ਹੀ ਗੱਲ ਕਹਿੰਦਾ ਰਿਹਾ ਜੀ ਮੈਨੂੰ ਮੇਰੀ ਸਜ਼ਾ ਮਿਲ ਗਈ। ਸੋ ਇਹ ਮੈਂ ਸਮਝਦਾ ਬੜੀ ਵੱਡੀ ਇੱਕ ਸਾਜ਼ਿਸ਼ ਹੋ ਰਹੀ ਆ। ਪਰ ਸੰਗਤ ਨੂੰ ਬੇਨਤੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ, ਆਪਾਂ
ਜਜ਼ਬਾਤਾਂ ਦੇ ਵਿੱਚ ਨਹੀਂ ਆ ਕੇ ਕਰਨਾ। ਜਿਹੜਾ ਉਹਨੇ ਉੱਥੇ ਜ਼ੁਲਮ ਕੀਤਾ ਉਹਦੀ ਗੁਰੂ ਸਾਹਿਬ ਨੇ ਆਪ ਹੀ ਉਹਨੂੰ ਸਜ਼ਾ ਦੇ ਦਿੱਤੀ ਆ। ਅਤੇ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਤੁਸੀਂ ਜੇ ਇਹ ਨਾ ਇਨਸਾਫ ਨੂੰ ਠੱਲ ਪਾਈ ਤਾਂ ਫਿਰ ਲੋਕ ਇਨਸਾਫ ਆਪ ਹੀ ਦੇ ਦਿੰਦੇ ਆ, ਅਤੇ ਜਿਹੜੀ ਗੁਰੂ ਦੀ ਕਚਹਿਰੀ ਦੀ ਸਜ਼ਾ ਆ ਇਹ ਤਾਂ ਫਿਰ ਆਪਾਂ ਜਾਣਦੇ ਹਾਂ ਤੋੜ ਤੱਕੇ ਚੱਲਦੀ ਆ। ਸੋ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ, ਸੰਗਤ ਨੂੰ ਤਹਿ ਦਿਲੋਂ ਮੈਂ ਇਹ ਬੇਨਤੀ ਕਰਦਾ ਕਿ ਕਈ ਵਾਰੀ ਮੀਡੀਆ ਰਾਹੀਂ ਜਾਂ ਹੋਰ ਰਾਹੀਂ ਸਾਰਾ CCTV ਫੁਟਿੰਗ ਦੇ ਵਿੱਚ ਲਾਈਵ ਟੈਲੀਕਾਸਟ ਚੱਲਦਾ ਸੀ, ਉਹ ਸਾਰਾ ਲਾਈਵ ਟੈਲੀਕਾਸਟ ਆਪਾਂ ਦੇਖਿਆ ਆ ਵੀ ਕਿਵੇਂ ਕਿਵੇਂ ਨੇ ਉਹ ਸਾਰੀ ਘਟਨਾ ਕੀਤੀ ਆ। ਪਰ ਗੁਰੂ ਸਾਹਿਬ ਜੀ ਦੀ ਬੇਅਦਬੀ ਤੋਂ ਬਚ ਗਏ, ਸਤਰਕ ਜਿਹੜੇ ਉੱਥੇ ਸਾਡੇ ਸੀਗੇ ਸੇਵਾਦਾਰ ਉਹਨੇ ਫੜ ਲਿਆ। ਸੋ ਉਹਦੀ ਜਿਹੜੀ ਉਹਦੀ ਕੀਤੇ ਦੀ ਸਜ਼ਾ ਮਿਲ ਗਈ। ਸਰਕਾਰ ਹੁਣ ਆਪਣਾ ਜਿਹੜਾ ਹੈਗਾ ਰੋਲ ਅਦਾ ਕਰੇ, ਉਹ ਰੋਲ ਕੀ ਆ ਵੀ ਇਹਦਾ ਸਾਰੇ ਦਾ ਸਾਰਾ ਪਤਾ ਕਰੇ, ਜਿੱਥੋਂ ਸਾਡੇ ਕੋਲੋਂ ਕੋਈ ਇਨਫੋਰਮੇਸ਼ਨ ਲੈਣੀ ਆ ਉਹ ਸਾਡੀ CCTV ਫੁਟਿੰਗ ਜਿਹੜੀ ਸਾਡੇ ਕੋਲ ਆਲਰੇਡੀ ਪਈ ਆ ਉਹਦਾ ਅਸੀਂ ਕੋਪਰੇਸ਼ਨ ਕਰਾਂਗੇ। ਅਤੇ ਜਿਹੜੇ ਇਹ ਆ ਸਰਕਾਰ, ਦੇਖੋ ਮੈਂ ਇੱਕ ਸਤਰਕ ਤੌਰ ਦੇ ਉੱਤੇ ਸਖ਼ਤ ਤਾੜਨਾ ਵੀ ਕਰਦਾ ਵੀ ਜੇ ਆਪਾਂ ਇੱਦਾਂ ਦੇ ਇੰਸੀਡੈਂਟ, ਪਹਿਲਾਂ ਤਖ਼ਤ ਕੇਸਗੜ੍ਹ 'ਤੇ ਹੋ ਗਈ, ਇਹਦੇ ਪਿੱਛੇ ਬਹੁਤ ਵੱਡੀ ਸਾਜਿਸ਼ ਆ। ਆ ਹੁਣ ਆਉਣ ਵਾਲੀ ਕਿਉਂਕਿ ਚੋਣ ਆ ਗਈ ਆ ਅਤੇ ਚੋਣ ਸਮੇਂ ਇਹਨਾਂ ਦੇ ਵਿੱਚ ਤੇਜ਼ੀ ਆ ਗਈ ਆ, ਇਹ ਤੋਂ ਸਤਰਕ ਹੋਵੋ, ਲੋਕਾਂ ਦੇ ਜਜ਼ਬਾਤਾਂ ਨੂੰ ਨਾ ਭੜਕਾਓ। ਨਹੀਂ ਤਾਂ ਅੱਗੇ ਆਪਾਂ ਹਾਲ ਦੇਖੇ ਆ ਕਿਵੇਂ ਗੁਰੂ ਦੀ ਬੇਅਦਬੀ ਨੂੰ ਕਿਸੇ ਸਿੱਖ ਨੇ ਜਾਂ ਕਿਸੇ ਸੰਗਤ ਨੇ ਬਰਦਾਸ਼ਤ ਨਹੀਂ ਕਰਨਾ। ਸੋ ਇਹਨਾਂ ਨੂੰ ਤੁਰੰਤ ਸਰਕਾਰ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ, ਪੁਲਿਸ ਨੂੰ ਵੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ। ਇਹ ਸਾਜਿਸ਼ ਜਿਹੜੀ ਆ ਪੁਰਜ਼ੋਰ ਮੇਰੀ ਮੰਗਿਆ ਵੀ ਇਹਨੂੰ ਨੰਗਾ ਕਰਕੇ ਇਹ ਕਿੱਥੋਂ ਬੰਦਾ ਆਇਆ ਅਤੇ ਇਹਦਾ ਪਿਛੋਕੜ ਕੀ ਆ ਅਤੇ ਕਿੱਥੇ ਇਹਦਾ ਲਿੰਕ ਜਾ ਕੇ ਜੁੜਿਆ, ਉਹ ਜਿਹੜਾ ਜ਼ਰੂਰ ਪਤਾ ਕਰਨਾ ਚਾਹੀਦਾ। ਸੋ ਸੰਗਤ ਨੂੰ ਫਿਰ ਦੁਬਾਰਾ ਤੋਂ ਬੇਨਤੀ ਕਰਦਾ ਕਿ ਆਪਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦਾ ਜਿਹੜਾ ਪ੍ਰਬੰਧ, ਸ਼੍ਰੋਮਣੀ ਕਮੇਟੀ ਦਾ ਸਮੁੱਚਾ ਪ੍ਰਬੰਧ, ਚਾਹੇ ਉਹ ਤਖ਼ਤ ਕੇਸਗੜ੍ਹ ਆ ਚਾਹੇ ਦਮਦਮਾ ਸਾਹਿਬ ਆ, ਅਸੀਂ ਆਪਣੇ ਮੈਨੇਜਰ ਸਾਹਿਬਾਨਾਂ ਨੂੰ ਵੀ ਹਦਾਇਤ ਕੀਤੀ ਆ ਅਤੇ 2 ਦਿਨ ਲਗਾਤਾਰ ਤੋਂ ਟਾਸਕ ਫੋਰਸ ਜਿਹੜੀ ਦਰਬਾਰ ਸਾਹਿਬ ਦੀ, ਉਹਨਾਂ ਨੇ ਵੀ ਸਕੱਤਰ ਸਾਹਿਬਾਨਾਂ ਨੇ ਸਾਡਿਆਂ ਨੇ ਮੀਟਿੰਗਾਂ ਕੀਤੀਆਂ, ਜਿਹੜੀ ਕੋਈ ਥੋੜ੍ਹੀ ਬਹੁਤੀ ਉਹਨਾਂ ਦੇ ਵਿੱਚ ਢਿੱਲ ਸੀ ਉਹ ਸਾਰੀ ਦੂਰ ਕੀਤੀ ਆ ਕਿ ਤੁਸੀਂ ਪਵਿੱਤਰ ਸਰੋਵਰ ਦੇ ਦੁਆਲੇ ਵੀ ਅਤੇ ਸੱਚਖੰਡ ਦੇ ਪਿੱਛੇ ਜਿਹੜੇ ਆਪਾਂ ਇੰਟਰ ਹੁੰਦੇ 2 ਬੰਦੇ ਸਿੰਘ ਸਾਹਿਬ ਦੇ ਪਿੱਛੇ ਹੁੰਦੇ, 2 ਟਾਸਕ ਫੋਰਸ ਦੇ ਅਸੀਂ ਹੁਣ ਮੋਹਰਲੇ ਪਾਸੇ ਜਿੱਥੇ ਨਮਸਕਾਰ ਲੋਕ ਕਰਦੇ ਆ ਉੱਥੇ ਲਾਏ ਆ, ਅਤੇ ਖੁਫੀਆ ਤੌਰ 'ਤੇ ਵੀ ਸਾਡੇ ਕੋਲ ਜਿੱਦਾਂ ਵਿਜੀਲੈਂਸ ਵਿਭਾਗ ਹੁੰਦਾ ਉਹ ਵੀ ਅਸੀਂ ਹੁਣ ਵਧਾ ਰਹੇ ਹਾਂ ਤਾਂ ਕਿ ਸ਼ੱਕੀ ਮਸ਼ਕੂਕ ਜਿਹੜਾ ਬੰਦਾ ਉਹ 'ਤੇ ਵੀ ਨਿਗਾਹ ਰੱਖੀ ਜਾ ਸਕੇ। ਸੋ ਮੈਂ ਸੰਗਤ ਨੂੰ ਬੇਨਤੀ ਕਰੂੰਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫਰਜ਼ਾਂ ਨੂੰ ਪੂਰੇ ਤਨਦੇਹੀ ਨਾਲ ਨਿਭਾਊਗੀ ਅਤੇ ਜੇ ਕੋਈ ਇੱਦਾਂ ਦੇ ਆਉਣਗੇ ਫਿਰ ਗੁਰੂ ਸਾਹਿਬ ਜੀ ਆਪ ਹੀ ਬਖਸ਼ਿਸ਼ ਕਰ ਦੇਣਗੇ। ਤਾਂ ਆਪਾਂ ਦੇਖਦੇ ਹਾਂ ਵੀ ਅੱਜ ਉਹਦੀ ਜਿਹੜੀ ਸਜ਼ਾ ਸੀ, ਜੇ ਸਰਕਾਰਾਂ ਸਮੇਂ ਸਿਰ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕ ਕੇ ਜਾਂ ਕਿਸੇ ਲੋਕਾਂ ਨੂੰ ਇਨਸਾਫ ਦੇਵੇ ਤਾਂ ਫਿਰ ਉਹ ਉਹਨਾਂ ਦਾ ਲੋਕ ਪ੍ਰਤੀਕਰਮ ਨਹੀਂ ਦੇਣਗੇ। ਅਤੇ ਜੇ ਆਪਾਂ ਇਹੋ ਕਹਿ ਕੇ ਵੀ ਇਹ ਨਸ਼ਾ ਖੋਰ ਆ, ਇਹ ਮੈਂਟਲੀ ਰਿਟਾਇਰਡ ਆ, ਇਹ ਡਿਪਰੈਸ਼ਨ ਦਾ ਮਰੀਜ਼ ਆ, ਅਤੇ ਇੱਦਾਂ ਕਰ ਕਰਕੇ ਇਹ ਸਾਰੀ ਦੁਰਗਤੀ ਕਰਾਂਗੇ ਤਾਂ ਫਿਰ ਬੇਅਦਬੀਆਂ ਨਹੀਂ ਰੁਕਣਗੀਆਂ ਤਾਂ ਫਿਰ ਲੋਕਾਂ ਦੀ ਕਚਹਿਰੀ ਤਾਂ ਫਿਰ ਸਜ਼ਾ ਦਿੰਦੀ ਹੈ ਉਹਨੂੰ। ਸੋ ਮੈਂ ਦੁਬਾਰਾ ਤੋਂ ਸਾਰਿਆਂ ਨੂੰ ਬੇਨਤੀ ਕਰਦਾ ਆਪਾਂ ਗੁਰੂ ਘਰਾਂ ਦਾ ਪ੍ਰਬੰਧ ਠੀਕ ਕਰੀਏ, ਪਿੰਡਾਂ ਦੇ ਵਿੱਚ ਵੀ ਜਿਹੜੇ ਗੁਰਦੁਆਰੇ ਸਾਹਿਬਾਨ ਆ ਉਹਨਾਂ ਦਾ ਵੀ, ਅਤੇ ਸੰਗਤ ਵੀ ਸਹਿਯੋਗ ਕਰੇ, ਸਾਰੇ ਪ੍ਰਬੰਧਕ ਕਮੇਟੀਆਂ ਵੀ ਇੱਥੇ ਸਤਰਕ ਹੋਣ। ਸੋ ਗੁਰੂ ਸਾਹਿਬ ਕਿਰਪਾ ਕਰਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਊਜ਼ ਡੈਸਕ ਤੋਂ ਡਾਕਟਰ ਜਿੰਦਰ ਸਿੰਘ ਦੇ ਨਾਲ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।